ਗਵਾਲੀਅਰ ਕੋਟਲਾ ਵਿਖੇ ਪਿਛਲੇ ਦਿਨੀ ਪੰਜਾਬ ਵਕਫ ਬੋਰਡ ਵੱਲੋਂ ਬੋਰਡ ਵਿੱਚ ਨਵੀਆਂ ਆਸਾਮੀਆਂ ਦੀ ਭਰਤੀ ਲਈ ਮੈਟ੍ਰਿਕ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਦੀ ਸ਼ਰਤ ਨੂੰ ਖਤਮ ਕਰਕੇ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਖਿਲਾਫ਼ ਅੱਜ ਮਲੇਰ ਕੋਟਲਾ ਦੇ ਮੁਸਲਿਮ ਨੌਜਵਾਨਾਂ ਵੱਲੋਂ ਵੀ ਅੰਦੋਲਨ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ। ਅੱਜ ਸਥਾਨਕ ਦਿੱਲੀ ਗੇਟ ਨੇੜਲੇ ਇੱਕ ਕੈਫੇ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸ਼ਹਿਜ਼ਾਦ ਹੁਸੈਨ ਮੁਕਰਮ ਸ਼ੈਫੀ ਅਤੇ मुहम्मद इखलाक की अगवाई हेठ मुस्लिम नौजवानों ने मुख्यमंत्री पंजाब कैप्टन अमरिंदर सिंह नूं अपील की कि पंजाब वकफ बोर्ड वालों पास किए पंजाबी विरोधी मते नूं खारिज करके वकफ बोर्ड का चेयरमैन किसी पंजाबी मुसलमान नूं लगाया जाए। उन्होंने दस्या है कि पंजाब वकफ बोर्ड अंदर 30 साल बाद 175 तो वध आसामिया की भर्ती किए जाने की तैयारी है। तो पंजाब के पढ़े लिखे मुस्लिम नौजवानों नूं पंजाब वकफ बोर्ड अंदर रुजगार की उम्मीद बची है। शहजाद हुसैन मुकरम शैफी और मुहम्मद इखलाक आदि मुसलमानों वालों दुख नाल आख्या गया है कि वकफ बोर्ड से काबिज गैर पंजाबी लोग बोर्ड दियां नवीं भर्तियां च योग पंजाबी मुस्लिम नौजवानों की जगह अपने चहेते गैर पंजाबियों नूं भर्ती करना चाहते हैं। उन्होंने पंजाब वकफ बोर्ड के 5 पंजाबी मैंबरों वालों पंजाबी भाषा के हक में आवाज़ बुलंद करने लिए उन्हों का धन्यवाद करदियां आख्या कि पंजाबी भाषा के हक में वोट पाने वाले 5 मैंबरां ने पंजाबी माँ बोली के हक विच हां दा नारा बुलंद करके पंजाबी माँ बोली की वड्डी सेवा की है। आज़ाद टीवी न्यूज़ के लिए मालेरकोटला तो मुहम्मद काजम दे नाल शाहिद जुबैरी की रिपोर्ट। हाँ जी शहजाद साहब, किस कंसर्न ते कीती है प्रेस कॉन्फ्रेंस? सर अज दी प्रेस कॉन्फ्रेंस रखी गई है जी वकफ बोर्ड वालों जो पंजाबी भाषा ਜਿਹੜਾ ਜਿਹੜੀਆਂ ਨਿਕਲਣ ਵਾਲੀਆਂ ਪੋਸਟਾਂ ਨੇ ਉਹਨਾਂ ਦੇ ਖਿਲਾਫ਼ ਜਿਹੜਾ ਇੱਕ ਮਤਾ ਪਾਇਆ ਗਿਆ ਕਲਾਸ 11 ਦੇ ਵਿੱਚ, ਜਿਹੜੀ ਇਹਨਾਂ ਨੇ ਅਮੈਂਡਮੈਂਟ ਕੀਤੀ ਹੈ ਕਿ ਜਿਹੜੀਆਂ ਉਹ ਪੋਸਟਾਂ ਉੱਤੇ ਰਿਕਰੂਟਮੈਂਟ ਹੋਊਗੀ ਉਹਦੇ ਵਿੱਚ ਪੰਜਾਬੀ ਨੂੰ ਜਿਹੜਾ ਮੈਂਡੇਟਰੀ ਨਹੀਂ ਰੱਖਿਆ ਗਿਆ ਹੈਗਾ ਕਿ ਜਿਹਦਾ 10ਵੀਂ ਦਾ ਇਗਜ਼ਾਮ ਨਹੀਂ ਪੰਜਾਬੀ ਦਾ ਕਲੀਅਰ ਹੈਗਾ, ਉਹ ਵੀ ਬੰਦਾ ਯਾਨੀ ਕਿ ਇਸ ਦੇ ਵਿੱਚ ਉਹ ਪੋਸਟਾਂ ਦੇ ਵਿੱਚ ਜਿਹੜਾ ਹੈਗਾ ਰਿਕਰੂਟਮੈਂਟ ਦੇ ਵਿੱਚ ਆਜੂਗਾ ਉਹਨੂੰ ਲੈ ਲੈਣਗੇ ਇਹ। ਉਹ ਮਤਾ ਜਿਹੜਾ ਪੰਜਾਬੀ ਔਰ ਗੈਰ ਪੰਜਾਬੀਆਂ ਵਿੱਚ ਜਿਹੜੇ ਸਾਡੇ 5 ਪੰਜਾਬੀ ਮੈਂਬਰਾਂ ਨੇ ਜਿਹੜਾ ਕਿਹਾ ਕਿ ਪੰਜਾਬੀ ਲਾਜ਼ਮੀ ਦਾ ਪੇਪਰ ਜਿਹੜਾ ਹੈਗਾ 10ਵੀਂ ਤੱਕ ਦਾ ਉਹ ਕੈਂਡੀਡੇਟ ਦਾ ਦਿੱਤਾ ਹੋਣਾ ਚਾਹੀਦਾ ਜਿਹੜਾ ਇਹ ਪੋਸਟਾਂ ਲਈ ਅਪਲਾਈ ਕਰੂਗਾ। ਔਰ ਦੂਸਰੇ ਪਾਸੇ ਸਾਡੇ ਚੇਅਰਮੈਨ ਸਾਹਿਬ ਤੇ ਕੁਝ ਗੈਰ ਪੰਜਾਬੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਨੇ ਉਸ ਬੋਰਡ ਦੇ ਵਿੱਚ, ਉਹਨਾਂ ਨੇ ਇਸ ਮਤੇ ਦੇ ਵਿੱਚ ਜਿਹੜਾ ਹੈਗਾ ਉਹ ਪੰਜਾਬੀ ਦਾ ਵਿਰੋਧ ਕੀਤਾ ਔਰ ਕਿਹਾ ਨਵੀਂ ਅਮੈਂਡਮੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਰਕਾਰ ਕੋਲੇ ਭੇਜੀ ਇਹਨਾਂ ਨੇ ਅਮੈਂਡਮੈਂਟ ਕਿ ਕੋਈ ਵੀ ਬੰਦਾ ਇਹਨਾਂ ਪੋਸਟਾਂ ਲਈ ਅਪਲਾਈ ਕਰੂਗਾ ਉਹ ਚਾਹੇ ਕਿਸੇ ਵੀ ਸਟੇਟ ਦਾ ਹੋਵੇ, ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਦੇਖਿਆ ਜਾਊਗਾ। ਜਦੋਂ ਉਹਦੀ ਰਿਕਰੂਟਮੈਂਟ ਹੋ ਜਾਊਗੀ ਤਾਂ ਉਸ ਤੋਂ ਬਾਅਦ ਉਸ ਦੀ ਜਿਹੜੇ ਉਹਨੂੰ 1 ਸਾਲ ਦੇ ਅੰਦਰ ਜਾਂ 6 ਮਹੀਨਿਆਂ ਅੰਦਰ ਜਿਹੜਾ ਪੰਜਾਬੀ ਦਾ ਪੇਪਰ ਹੈਗਾ ਉਹ ਕਲੀਅਰ ਕਰਨਾ ਜ਼ਰੂਰੀ ਹੋਊਗਾ। ਇਸ ਮਤੇ ਖਿਲਾਫ਼ ਜਿਹੜੀ ਹੈਗੀ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ। ਜਿਹੜੀਆਂ 175 ਪੋਸਟਾਂ ਜਿਹੜੀਆਂ ਪੰਜਾਬ ਵਕਫ ਬੋਰਡ ਵੱਲੋਂ ਕੱਢੀਆਂ ਜਾ ਰਹੀਆਂ ਨੇ, ਇਹਨਾਂ ਪੋਸਟਾਂ ਉੱਤੇ ਸਭ ਤੋਂ ਪਹਿਲਾਂ ਬੰਦਾ ਹੱਕ ਜਿਹੜਾ ਹੈਗਾ ਉਹ ਪੰਜਾਬੀ ਬੇਰੋਜ਼ਗਾਰ ਮੁਸਲਮਾਨਾਂ ਦਾ ਹੱਕ ਜਿਹੜਾ ਮੂਲ ਰੂਪ ਦੇ ਵਿੱਚ ਪੰਜਾਬੀ ਮੁਸਲਮਾਨ ਨੇ। ਔਰ ਇਹਦੇ ਤੇ ਕੀ ਐਕਸ਼ਨ ਲੱਤੇ, ਤੁਸੀਂ ਕੀ ਕਰੋਗੇ? ਸਰ ਅਸੀਂ ਜਿਹੜੀ ਸੈਂਟਰਲ ਵਕਫ ਕੌਂਸਲ ਹੈਗੀ ਹੈ ਸਭ ਤੋਂ ਪਹਿਲਾਂ ਅਸੀਂ ਉਹਨੂੰ ਅਪਰੋਚ ਕਰਾਂਗੇ, ਸਾਡੇ ਮਾਨਯੋਗ CM ਸਾਹਿਬ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਅਸੀਂ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਇਸ ਮੁੱਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ, ਕਿਉਂਕਿ ਉਹਨਾਂ ਦੇ ਵਿਚਾਰ ਅਧੀਨ ਜਿਹੜਾ ਹੈਗਾ ਇਹ ਮਤਾ ਪਾਸ ਕਰਕੇ ਭੇਜਿਆ ਗਿਆ ਵਕਫ ਬੋਰਡ ਦੀ ਤਰਫ ਤੋਂ, ਉਹਨਾਂ ਦੇ ਕੋਲੇ ਵਿਚਾਰ ਅਧੀਨ ਹੈ। ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕਰਾਂਗੇ, ਮੇਲ ਵੀ ਕਰਾਂਗੇ ਸਰ ਨੂੰ ਕਿ ਸਰ ਇਹ ਜਿਹੜਾ ਮਤਾ ਕਿਸੇ ਵੀ ਤਰ੍ਹਾਂ ਨਾਲ ਪਾਸ ਨਾ ਕੀਤਾ ਜਾਵੇ। ਉਹ ਚੇਅਰਮੈਨ ਸਾਹਿਬ ਇੱਕ ਜਿਹੜੀ ਉਦਾਹਰਣ ਦੇ ਰਹੇ ਨੇ, ਇੱਕ ਗੱਲ ਕਰ ਰਹੇ ਨੇ ਕਿ ਜੀ ਐਲੀਜੀਬਿਲਟੀ ਕ੍ਰਾਈਟੇਰੀਆ ਸਿਰਫ ਦੇਖਿਆ ਜਾ ਰਿਹਾ ਇਸ ਦੇ ਵਿੱਚ, ਅਸੀਂ ਐਲੀਜੀਬਲ ਬੰਦੇ ਨੂੰ ਹੀ ਪੋਸਟਾਂ ਦੇਵਾਂਗੇ ਔਰ ਜਿਹੜੇ ਸਾਲਾਂ ਤੋਂ ਪੰਜਾਬ ਦੇ ਵਿੱਚ ਆ ਕੇ ਵੱਸ ਰਹੇ ਨੇ ਉਹਨਾਂ ਦੇ ਲਈ ਅਸੀਂ ਜੇ ਮਤਾ ਪਾਇਆ ਤਾਂ ਮੈਂ ਚੇਅਰਮੈਨ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਔਰ CM ਪੰਜਾਬ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸਰ ਜਿਹੜੇ 30-35 ਸਾਲਾਂ ਤੋਂ ਗੈਰ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਵੱਸ ਰਹੇ ਨੇ, ਉਹਨਾਂ ਦਾ ID ਕਾਰਡ ਵੀ ਬਣ ਚੁੱਕੇ ਨੇ, ਉਹਨਾਂ ਦਾ ਆਧਾਰ ਕਾਰਡ ਵੀ ਬਣ ਚੁੱਕੇ ਨੇ, ਸਾਨੂੰ ਪਤਾ ਇਸ ਚੀਜ਼ ਦਾ ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਉਹਨਾਂ ਦੇ ਬੱਚੇ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹ ਕੇ ਹੀ ਸਿੱਖਿਆ ਪ੍ਰਾਪਤ ਕਰ ਚੁੱਕੇ ਨੇ। ਜਦੋਂ ਉਹਨਾਂ ਦੇ ਬੱਚੇ ਉਹਨੇ ਪੰਜਾਬੀ ਸਕੂਲਾਂ ਵਿੱਚ ਜਾਂ ਪੰਜਾਬ ਦੇ CBSE ਜਾਂ ਜਿਹੜੇ ਵੀ ਪੈਟਰਨ ਦੇ ਸਕੂਲਾਂ 'ਚ ਸਿੱਖਿਆ ਪ੍ਰਾਪਤ ਕੀਤੀ ਹੈ ਤਾਂ ਪੰਜਾਬ ਸਟੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸਕੂਲ ਐਸਾ ਹੋਊਗਾ ਜਿਹਦੇ ਵਿੱਚ 10ਵੀਂ ਤੱਕ ਦੀ ਪੰਜਾਬੀ ਲੈਂਗੁਏਜ ਜਿਹੜੀ ਹੈਗੀ ਉਹ ਲਾਜ਼ਮੀ ਨਾ ਹੋਵੇ, ਉਹ ਵਿਸ਼ੇ ਤੌਰ ਤੇ ਨਾ ਸ਼ਾਮਿਲ ਹੁੰਦੀ ਹੋਵੇ। ਤਾਂ ਆਲਰੇਡੀ ਜਦੋਂ ਉਹਨਾਂ ਲੋਕਾਂ ਨੇ ਵੀ ਜਿਹੜੇ 30-35 ਸਾਲ ਤੋਂ ਇੱਥੇ ਰਹਿ ਰਹੇ ਨੇ, ਜਦੋਂ ਉਹਨਾਂ ਦੇ ਬੱਚਿਆਂ ਨੇ ਵੀ ਐਗਜ਼ਾਮ ਦਿੱਤਾ ਹੋਊਗਾ ਪੰਜਾਬੀ ਦਾ 10ਵੀਂ ਦਾ, ਤਾਂ ਨਵੀਂ ਅਮੈਂਡਮੈਂਟ ਦੀ ਕੀ ਜ਼ਰੂਰਤ ਹੈ ਇਹਦੀ? ਤਾਂ ਇਹਦਾ ਸਾਫ਼ ਕਲੀਅਰ ਹੋ ਰਹੀ ਹੈ ਕਿ ਉਹ ਆਪਣੇ ਜਿਹੜੇ ਕਰੀਬੀ ਨੇ ਉਹ ਦੂਸਰੀਆਂ ਸਟੇਟਾਂ ਤੋਂ ਉਹਨਾਂ ਨੂੰ ਲਿਆ ਕੇ ਇੱਥੇ ਐਡਜਸਟ ਕਰਨਾ ਚਾਹੁੰਦੇ ਨੇ ਵਕਫ ਪੋਸਟਾਂ ਉੱਤੇ, ਜਿਹੜਾ ਕਿ ਸਾਨੂੰ ਕਿਸੇ ਵੀ ਕੀਮਤ ਉੱਤੇ ਮਨਜ਼ੂਰ ਨਹੀਂ ਹੈ ਜੀ। ਬਾਕੀ ਸ਼ਹਿਜ਼ਾਦ ਸਾਹਿਬ ਇੱਕ ਕੁਐਸਚਨ ਇਹ ਬਣਦਾ, ਇੱਥੇ ਜੋ ਮਤਲਬ ਅੱਜ ਦੀ ਡੇਟ 'ਚ ਤੁਸੀਂ ਮੁੱਦਾ ਚੱਕਿਆ, ਇਹ ਮੁੱਦਾ ਜੋ ਚੱਕਣਾ ਬਣਦਾ ਸੀਗਾ ਸਾਡੇ ਪੋਲੀਟੀਕਲ ਰਿਪ੍ਰੈਜੈਂਟੇਟਿਵ ਦਾ ਬਣਦਾ ਸੀਗਾ ਜਿਨ੍ਹਾਂ ਨੇ ਅੱਜ ਤੱਕ ਨਹੀਂ ਚੱਕਿਆ? ਸਰ ਦੇਖੋ ਕੀ ਪੋਲੀਟੀਕਲ ਅਣਦੇਖੀ ਹੋਈ ਹੈ? ਮੈਂ ਇਹ ਗੱਲ ਨੂੰ ਕਹਿਣਾ ਚਾਹੁੰਦਾ ਕਿ ਇਹ ਮੁੱਦਾ ਜਿਹੜਾ ਹੈਗਾ ਹਰ ਪੰਜਾਬੀ ਮੁਸਲਮਾਨ ਦਾ ਮੁੱਦਾ ਹੈ, ਹਰ ਇੱਕ ਨੂੰ ਬੋਲਣਾ ਚਾਹੀਦਾ ਇਸ ਦੇ ਉੱਪਰ। ਔਰ ਉਹਨਾਂ 5 ਲੋਕਾਂ ਨੂੰ ਮੈਂ ਸਲਾਮ ਕਰਦਾ ਜਿਨ੍ਹਾਂ ਨੇ ਪੰਜਾਬ ਔਰ ਪੰਜਾਬੀ ਦੀ ਹਿਫਾਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਪੰਜਾਬ ਦੇ ਵਕਫ ਬੋਰਡ ਜਿਹੜੇ ਮੈਂਬਰ ਨੇ। ਪੋਲੀਟੀਕਲ ਸਿਸਟਮ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਚਾਹੁੰਦਾ ਕਿ ਉਹ ਵੀ ਆਵਾਜ਼ ਉਠਾਉਣ, ਬਹੁਤ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ
अकाली दल श्रोमणी अकाली दल तो दलजीत चीमा जी ने प्रेस कॉन्फ्रेंस की है थोड़े दिन पहला, उस तो बाद सुखपाल खहरा जी ने प्रेस कॉन्फ्रेंस की है, और आम आदमी पार्टी ने मोहाली विखे कॉन्फ्रेंस की है, लखा सिधाना जी ने मोहाली विखे कॉन्फ्रेंस की है, एच आर मोफर साहब मुस्लिम फ्रंट पंजाब के प्रधान ने वह मानसा तो लगातार मुहिम चला रहे हैं, अमजद खान मोगा तो मुहिम चला रहे हैं, तो शहजाद हुसैन या उसकी टीम जिहड़ी भी जो भी इत्थे असीं रहिणे आ मुसलमान, मैं किसी का वेट नहीं करूंगा कि कोई अगर ए बारे गल करूंगा तो मैं गल करूंगा, मेरा फर्ज है जी एक मुस्लिम नौजवान होने के नाते कोई आवाज चके ना चके मैं इंशाल्लाह जरूर उठाऊंगा और मैंने उठाई है सर। एसजीपीसी की तर्ज के उपर जो तुसी गल कही है थोड़ी देर पहला कि चोन होनी चाहिए वक्फ बोर्ड की, उत्ते खड़े बेशक होनी चाहिए सर, डेमोक्रेटिक वे नाल होनी चाहिए, पोलीटिकल इन्फ्लुएंस तो बाहर किया जाना चाहिए, जेडे अज असी मैंबर भी लगाने हैं या जेडे चेयरमैन भी लगाने हैं तो जेडी पोलीटिकल पार्टी आती है उही अपने जेडे उन्होंने करीबी ने उही इस वक्फ बोर्ड के मैंबरियां या चेयरमैनियां हासिल कर पाते हैं, जबकि ईमानदारी नाल काम करने वाले मैं चाहना एफिशिएंट और बहुत ही अच्छी क्वालिटी वाले मलेरकोटला विच लोग मौजूद ने, और मलेरकोटला दे पंजाब दे अलग अलग खित्ते विच चाहे अमृतसर बठिंडा जिहड़े साडे दीन दी खिदमत कर रहे ने, साडी जमाती लाइन दे भाइयां दी खिदमत करदे ने जांदे आंदियां दी, बहुत ईमानदार और बहुत बाशूर लोग पंजाब दी सरजमीन दे उत्ते मौजूद ने, असीं चाहुंदे आ कि उहनां नूं भी मौका दित्ता जावे, और इहदा सब तों अच्छा वे की है कि जिहड़ा बंदा अपने दीन ईमान नाल इस बोर्ड दी और इस गरीबा यतीमा मस्कीना दे माल दी खिदमत करना चाहुंदा असीं चाहुंदे आ कि डेमोक्रेटिक वे दे नाल उहदा इलैक्शन होना चाहीदा और उहनूं चुणिया जाना चाहीदा बकायदा तौर दे उत्ते, तां ही इह जिहड़ा बोर्ड है पोलीटिकल इन्फ्लुएंस तों बाहर होऊगा और इहदियां जिहड़ियां प्रॉपर्टियां ने उहनां दी राखी हो सकूगी जी।